जिला प्रशासन वालों समाज सेवी संस्थावां दे सहयोग नाल मलोट विच दिव्यांग व्यक्तियां लई विशेष कैंप दा आयोजन कीता गया, जिस विच 500 दे करीब दिव्यांग लोकां दे UDI डी कार्ड, मुफ्त बस पास अते पेंशन संबंधी कम्मां दा मौके ते निपटारा कीता गया। श्री मुक्तसर साहिब तो अनमोल सिंह विरिंग दी रिपोर्ट, लाइव भारत। ਕੀ ਤੁਹਾਡਾ ਨਾਂ? ਅੱਜ ਤੁਸੀਂ ਕੈਂਪ ਦੇ ਵਿੱਚ ਪਹੁੰਚੇ ਸੀ, ਕਿਹਨੂੰ ਲੈ ਕੇ ਪਹੁੰਚੇ ਸੀਗੇ, ਕੀ ਕੰਮ ਕੀ ਕਰਵਾਇਆ ਹੈਗਾ, ਕਿਸ ਤਰ੍ਹਾਂ ਲੱਗਿਆ? ਮੇਰਾ ਨਾਮ ਅਮਨਦੀਪ ਹੈ ਜੀ, ਮੈਂ ਆਪਣੇ ਬੇਟੇ ਦੀ ਪੈਨਸ਼ਨ ਦੀ ਖਾਤਰ ਆਈ ਹਾਂ। ਮੇਰਾ ਬੇਟਾ ਹੈਂਡੀਕੈਪਟ ਹੈ ਅਤੇ ਇੱਥੇ ਮੈਨੂੰ ਕੈਂਪ ਦਾ ਪਤਾ ਲੱਗਿਆ ਅਤੇ ਮੈਂ ਕੈਂਪ ਵਿੱਚ ਹੀ ਆਈ ਸੀ ਬੱਚੇ ਦੀ ਪੈਨਸ਼ਨ ਦੇ ਲਈ। ਪਰ ਇੱਥੇ ਆ ਕੇ ਮੈਨੂੰ ਕੋਈ ਦਿੱਕਤ ਨਹੀਂ ਆਈ, ਮੇਰਾ ਕੰਮ ਬਹੁਤ ਵਧੀਆ ਅਤੇ ਆਰਾਮਦਾਰੀ ਨਾਲ ਹੀ ਹੋ ਗਿਆ। ਪਹਿਲਾਂ ਵੀ ਦਫ਼ਤਰਾਂ ਦੇ ਵਿੱਚ ਕੈਂਪ ਲਾਏ ਜਾਂਦੇ ਸੀਗੇ, ਦਫ਼ਤਰਾਂ ਦੇ ਵਿੱਚ ਕੰਮ ਕਰਵਾਏ ਜਾਂਦੇ, ਦਫ਼ਤਰਾਂ ਦੇ ਵਿੱਚ ਪਹੁੰਚੇ ਵੀ ਤੁਸੀਂ ਬੋਲ ਸਕਦੇ ਹੋ ਦਫ਼ਤਰਾਂ ਦੇ ਵਿੱਚ ਵੀ ਕੰਮ ਹੁੰਦਾ ਹੈ, ਸਰਟੀਫਿਕੇਟ ਬਣਦੇ ਦਫ਼ਤਰਾਂ ਦੇ। ਅੱਜ ਕੈਂਪ ਦੇ ਵਿੱਚ ਪਹਿਲਾਂ ਮੈਂ ਇੰਨੀ ਜ਼ਿਆਦਾ ਗਈ ਨਹੀਂ ਜੀ, ਮੇਰੇ ਹਸਬੈਂਡ ਜਾਂਦੇ ਸੀ, ਉਹਨਾਂ ਦੀ ਡੈਥ ਹੋਣ ਕਰਕੇ ਮੈਨੂੰ ਇਸ ਬਾਰੇ ਇੰਨੀ ਨੌਲੇਜ ਨਹੀਂ ਸੀ, ਅਤੇ ਇਸੇ ਕਰਕੇ ਅੱਜ ਮੈਂ ਫਿਰ ਕੈਂਪ 'ਚ ਮੈਂ ਪਹਿਲੀ ਵਾਰ ਆਈ ਹਾਂ ਖੁਦ ਤਾਈ। ਸਮਲੋਰ ਦੇ ਵਿੱਚ ਆਉਂਦੇ ਇਹਨਾਂ ਦੇ ਸਰਟੀਫਿਕੇਟ ਬਣਾਉਣ ਲਈ ਜਿਹੜਾ ਕੈਂਪ ਲਾਇਆ ਗਿਆ ਸੀਗਾ, ਕਿੰਨੇ ਲਾਭਪਾਤਰੀ ਪਹੁੰਚੇ ਹੈਗੇ ਅਤੇ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਸਹਿਯੋਗ? ਅੱਜ ਦਾ ਜੋ ਇਹ ਕੈਂਪ ਹੈ, ਜ਼ਿਲ੍ਹਾ ਪ੍ਰਸ਼ਾਸਨ DC ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਤੇ SDM ਮਲੋਟ ਸ਼੍ਰੀ ਓਮ ਪ੍ਰਕਾਸ਼ PCS ਜੀ ਦੀ ਯੋਗ ਅਗਵਾਈ ਵਿੱਚ ਜੋ ਇਹ ਮੈਗਾ ਕੈਂਪ ਅੱਜ ਅਸੀਂ CRC ਬਿਲਡਿੰਗ ਪੁੱਡਾ ਕਲੋਨੀ ਮਲੋਟ ਵਿੱਚ ਲਗਵਾਇਆ, ਇਸ ਕੈਂਪ ਦੇ ਵਿੱਚ ਮੇਨਲੀ ਅਸੀਂ ਜੋ ਵੀ ਹੈਂਡੀਕੈਪ ਜਾਂ ਦਿਵਿਆਂਗ ਵਿਅਕਤੀ ਹੈ, ਚਾਹੇ ਉਹ ਅੰਡਰ 18 ਹੈ ਚਾਹੇ ਅਬਵ 18 ਹੈ, ਉਹਨਾਂ ਨੂੰ ਅਸੀਂ ਅੱਜ ਇੱਕ ਤਾਂ ਫਰੈਸ਼ ਜੋ ਡਿਸੇਬਿਲਿਟੀ ਸਰਟੀਫਿਕੇਟ ਨੇ ਉਹ ਇਸ਼ੂਜ਼ ਕਰਵਾਏ ਹੈ, ਸੈਕਿੰਡ ਡਿਸਬਿਲਿਟੀ ਸਰਟੀਫਿਕੇਟ ਦੇ ਪ੍ਰਸੈਂਟੇਜ ਦੇ ਆਧਾਰ 'ਤੇ ਅਸੀਂ ਉਹਨਾਂ ਦੀ ਜੋ ਵੀ ਸਕੀਮਾਂ ਦੇ ਉਹ ਹੱਕਦਾਰ ਨੇ ਪੰਜਾਬ ਸਰਕਾਰ ਦੀਆਂ, ਲਾਈਕ ਜਿਵੇਂ ਪੈਨਸ਼ਨਸ, ਬੱਸ ਪਾਸ, ਉਹਨਾਂ ਦੇ ਵੀ ਅਲੱਗ ਅਲੱਗ ਤਰ੍ਹਾਂ ਦੇ ਫਾਰਮ ਭਰਾਏ ਆ, ਜੋ ਕਿ ਅਪਰੋਕਸੀਮੇਟ ਹਲੇ 2 ਵਜੇ ਤੱਕ 500 ਫਾਰਮ ਦੇ ਕਰੀਬ ਅਸੀਂ ਭਰ ਚੁੱਕੇ ਹਾਂ, ਅਤੇ ਕੈਂਪ ਦਾ ਟਾਈਮ ਹੈ ਜੋ 3 ਵਜੇ ਤੱਕ ਚੱਲਣਾ, ਅਤੇ ਫਾਈਨਲਾਈਜ਼ ਅਸੀਂ ਇਹਨੂੰ 5 ਵਜੇ ਤੱਕ ਕਰਾਂਗੇ। ਕੀ ਕਾਰਨ ਕੀ ਹੈਗਾ ਜਿਹੜੀ ਇੰਨੀ ਗਿਣਤੀ ਹੈ ਸਭ ਦੁਨੀਆਂ ਦੇ ਵਿੱਚ ਵੱਧ ਗਈ ਹੈਗੀ ਆ? ਤਾਂ ਬੇਸ਼ੱਕ ਜਿਹੜਾ ਹਫ਼ਤੇ ਦੇ ਵਿੱਚ ਸਰਕਾਰ ਦਫ਼ਤਰ ਦੇ ਵਿੱਚ 2 ਵਾਰੀ ਬਣਾਇਆ ਜਾਂਦਾ, ਪਰ ਇੱਥੇ ਕੀ ਗਿਣਤੀ ਕਿਉਂ ਹੁੰਦੀ ਹੈ, ਕੀ ਕਾਰਨ? ਰੀਜ਼ਨ ਬੀਂਗ ਨਾ, ਜੋ ਮੈਂ ਪਰਸਨਲੀ ਦੇਖਦਾ ਆਪਣਾ ਸਿਸਟਮ, ਮਤਲਬ ਪਰਸਨਲੀ ਓਪੀਨੀਅਨ ਆਪਣਾ ਦੇਖਦਾ, ਅਤੇ ਲੋਕ ਅਵੇਅਰ ਨਹੀਂ ਹੈ ਵੀ ਜਿਵੇਂ ਹੁਣ ਕੋਈ ਹੈਂਡੀਕੈਪ ਪਰਸਨ ਹੈ, ਜੇ ਉਹ ਮੋਰ ਦੈਨ 80% ਹੈ, ਉਹਦੇ ਬੱਚਿਆਂ ਦੀ ਐਂਡ ਉਹਦੀ ਵਾਈਫ ਦੀ ਵੀ ਪੈਨਸ਼ਨ ਲੱਗ ਸਕਦੀ ਹੈ। ਜਦੋਂ ਤਾਂ ਮੈਂ ਡਿਪਾਰਟਮੈਂਟ 2018 'ਚ ਜੁਆਇਨ ਕੀਤਾ, ਅਤੇ ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਰਹੀ ਕਿ ਜੋ ਦਿਵਿਆਂਗ ਵਿਅਕਤੀ ਹੈ ਉਹਨਾਂ ਦੇ ਜੋ ਵੀ ਰਾਈਟਸ ਹੈ, ਚਾਹੇ ਉਹ ਬੱਸ ਪਾਸ ਹੈ, UDID ਦਾ ਕਨਸੈਪਟ ਹੈ, ਚਾਹੇ ਪੈਨਸ਼ਨਸ ਹੈ, ਚਾਹੇ ਡਿਪੈਂਡੈਂਟ ਪੈਨਸ਼ਨਸ ਹੁੰਦੀ ਹੈ, ਜੇ ਕੋਈ ਬੰਦਾ 80% ਤੋਂ ਜ਼ਿਆਦਾ ਹੈਂਡੀਕੈਪ ਹੈ, ਉਹ ਡਿਪੈਂਡੈਂਟ ਆਪਣੇ ਬੱਚੇ, 2 ਬੱਚੇ 21 ਸਾਲ ਤੋਂ ਛੋਟੇ, ਪਲੱਸ ਆਪਣੀ ਉਹਦੀ ਵਾਈਫ ਦੀ ਵੀ ਪੈਨਸ਼ਨ ਲੱਗਦੀ ਹੈ, ਲੈਕ ਆਫ ਅਵੇਅਰਨੈਸ ਕਰਕੇ ਮੈਂ ਮੰਨਦਾ। ਅਦਰਵਾਈਜ਼ ਐਡਮਿਨਿਸਟ੍ਰੇਸ਼ਨ ਵੱਲੋਂ, ਸੇਵਾ ਕੇਂਦਰ, ਸਿਵਲ ਹੋਸਪਿਟਲ, ਹਰੇਕ ਜਗ੍ਹਾ ਇਹ ਕਾਰਡ ਵਗੈਰਾ ਜੋ ਇਸ਼ੂਜ਼ ਕਰਵਾਏ ਜਾਂਦੇ ਆ, ਬਟ ਅਵੇਅਰਨੈਸ ਕਰਕੇ ਲੋਕਾਂ ਇਹਨਾਂ ਸਕੀਮਾਂ ਤੋਂ ਥੋੜ੍ਹੇ ਵਾਂਝੇ ਰਹਿ ਜਾਂਦੇ ਆ, ਅਤੇ ਸਾਡੀ ਮੇਨ ਟਰਾਈ ਹੈ ਵੀ ਸਾਡੇ ਡਿਪਾਰਟਮੈਂਟ ਵੱਲੋਂ ਅਤੇ ਹੋਰ ਜੋ ਵੀ ਵਿਭਾਗ ਇਸ ਵਿੱਚ ਕੰਮ ਕਰ ਰਹੇ ਆ ਜਾਂ ਜੋ ਸੰਸਥਾਵਾਂ ਕੰਮ ਕਰਦੀਆਂ ਪਈਆਂ, ਉਹਨਾਂ ਦਾ ਸਾਡਾ ਬਸ ਇੱਕੋ ਟਾਰਗੇਟ ਹੈ ਵੀ ਡੋਰ ਟੂ ਡੋਰ ਅਸੀਂ ਜਿੰਨਾ ਜ਼ਿਆਦਾ ਹੋ ਸਕਦਾ ਅਵੇਅਰ ਕਰਕੇ ਲੋਕਾਂ ਨੂੰ ਲਾਭ ਦੇਈਏ। ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਗੇ ਵੀ ਜਿਹੜੇ ਪਿੰਡਾਂ ਦੇ ਵਿੱਚ ਹੈਗੇ, ਪਿੰਡੂ ਖੇਤਰ ਦੇ ਵਿੱਚ ਰਹਿ ਰਹੇ ਹੈਗੇ, ਨਹੀਂ ਪਹੁੰਚ ਕਰ ਰਹੇ ਹੈਗੇ, ਕਿਸ ਤਰ੍ਹਾਂ ਡਿਪਾਰਟਮੈਂਟ ਕੋਲ ਪਹੁੰਚ ਕਰ ਸਕਦੇ? ਡਿਪਾਰਟਮੈਂਟ ਦੇਖੋ, ਅਸੀਂ ਆਪਣਾ ਯੂਨਿਟ ਹੈ ਜੋ ਆਂਗਨਵਾੜੀ ਵਰਕਰਸ ਦਾ, ਉਹ ਸਾਡਾ ਨੈਟਵਰਕ ਕਾਫੀ ਸਟਰੋਂਗ ਹੈ। ਉਸ ਤੋਂ ਬਾਅਦ GOG ਜੋ ਸਾਡੇ ਨੇ, ਉਹਨਾਂ ਨੇ ਵੀ ਕਾਫੀ ਅੱਛਾ ਕੰਮ ਕੀਤਾ, ਮੈਂ 2-3 ਸਾਲਾਂ ਤੋਂ ਕੰਮ ਕਰਦਾ ਪਿਆ। ਤੀਸਰੇ ਨੰਬਰ 'ਤੇ ਜੋ ਸਮਾਜਿਕ ਸੰਸਥਾਵਾਂ ਹੈ ਮਲੋਟ ਦੀਆਂ, ਉਹਨਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ, ਐਂਡ ਈਵਨ GOG ਨੇ ਵੀ ਸਾਡਾ ਬਹੁਤ ਕੰਮ ਵਧੀਆ ਤਰੀਕੇ ਨਾਲ ਕੀਤਾ। ਫਿਰ ਅਸੀਂ ਇਸ ਦੇ ਵਿੱਚ ਪੰਚਾਇਤੀ ਰਾਜ, BDO ਸਾਹਿਬ, ਨਗਰ ਕੌਂਸਲ ਸ਼ਹਿਰ ਦੇ ਵਿੱਚ, ਉਹਨਾਂ ਦੇ ਥਰੂ ਅਸੀਂ ਬੁਨਿਆਦੀ ਕਰਾਈ ਅਤੇ ਅੱਗੇ ਵੀ ਕਰਵਾਉਂਦੇ ਰਹਾਂਗੇ। ਫਿਰ ਅਸੀਂ ਗੁਰਦੁਆਰਿਆਂ ਦੇ ਵਿੱਚ ਹੋਕੇ ਦਵਾ ਕੇ ਵੱਧ ਤੋਂ ਵੱਧ ਡੋਰ ਟੂ ਡੋਰ ਕੰਪੇਨ ਕਰਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਅਤੇ ਸਟਿਲ ਉਹਨਾਂ ਨੂੰ ਕਰਦੇ ਰਹਾਂਗੇ। ਇਸ ਤਰ੍ਹਾਂ ਅਸੀਂ ਮਤਲਬ ਇਹਨੂੰ, ਮਤਲਬ ਜੋ ਵੀ ਹੋ ਸਕਦਾ ਵੀ ਘੱਟ ਤੋਂ ਘੱਟ ਜੋ ਬੰਦੇ ਹੈਗੇ ਆ ਉਹ ਲਾਭ ਤੋਂ ਮਤਲਬ ਵਾਂਝੇ ਨਾ ਰਹਿਣ, ਅਤੇ ਜ਼ਿਆਦਾ ਤੋਂ ਜ਼ਿਆਦਾ ਲਾਭ ਇਹਦਾ ਲੈ ਸਕਣ।